ਸਵਾਗਤ ਹੈ ਕਿਸਾਨ ਵੀਰੋ ਤੁਹਾਡਾ YouTube ਚੈਨਲ ਸਿਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਲੰਗਿਆਣਾ ਪੁਰਾਣਾ ਤਹਿਸੀਲ ਇਹਨੂੰ ਬਾਗਾਪੁਰਾਣਾ ਪੈਂਦੀ ਹੈ ਤੇ ਜ਼ਿਲ੍ਹਾ ਦੋਸਤੋ ਮੋਗਾ ਬਾਗੇਪੁਰਾਣੇ ਤੋਂ ਜੇ ਆਪਾਂ ਮੁੱਦਕੀ ਵਾਲ ਨੂੰ ਜਾਣਾ ਹੋਵੇ ਤਾਂ ਮੇਨ ਰੋਡ ਦੇ ਉੱਤੇ ਦੋਸਤੋ ਇਹ ਪਿੰਡ ਆਉਂਦਾ ਬਿਲਕੁਲ ਰੋਡ ਦੇ ਉੱਪਰ ਹੈ ਪਿੰਡ ਦਾ ਨਾਮ ਲੰਗਿਆਣਾ ਪੁਰਾਣਾ ਇਹਨੂੰ ਕਿਹਾ ਜਾਂਦਾ ਦੋਸਤੋ ਦੋ ਲੰਗਿਆਣੇ ਇੱਕ ਨਵਾਂ ਇੱਕ ਪੁਰਾਣਾ ਨਵਾਂ ਜਿਹੜਾ ਉਹ ਬਾਗੇਪੁਰਾਣੇ ਵਾਲੇ ਪਾਸੇ ਆ ਰਹਿ ਜਾਂਦਾ ਉਸ ਤੋਂ ਅੱਗੇ ਜੇ ਮੁੱਦਕੀ ਵਾਲ ਨੂੰ ਜਾਣਾ ਹੋਵੇ ਤਾਂ ਅਗਲਾ ਪਿੰਡ ਜਿਹੜਾ ਹਲਾਂ ਗਿਆਣਾ ਪੁਰਾਣਾ ਇਸ ਪਿੰਡ ਦੀਆਂ ਪਹਿਲਾਂ ਵੀ ਕਈ ਵੀਡੀਓ ਚੈਨਲ ਉੱਤੇ ਅਪਲੋਡ ਕੀਤੀਆਂ ਦੋਸਤੋ ਪਸ਼ੂ ਜਿਹੜੇ ਆ ਇਸ ਪਿੰਡ ਦੇ ਵਿੱਚ ਵੀ ਚੰਗੇ ਪਸ਼ੂ ਰੱਖਣ ਦਾ ਸ਼ੌਂਕ ਹੈ ਦੋਸਤੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਉਹਦੇ ਵਿੱਚ ਮੇਨ ਤੁਹਾਨੂੰ ਜਿਹੜਾ ਸਾਹਮਣੇ ਤੁਸੀਂ ਝੋਟੀ ਦੇਖ ਰਹੇ ਆ ਇਹ ਵਿਖਾਉਣੀ ਹੈ ਸੂਨ ਦੇ ਨੇੜ ਹੈ ਬਿਲਕੁਲ ਤਿਆਰੀ ਦੇ ਵਿੱਚ ਹੈ ਡਿਟੇਲ ਬਾਈ ਜੀ ਹਰਾਂ ਤੋਂ ਪੁੱਛਾਂਗੇ ਇਹ ਕਿਨਾਂ ਕੋਲ ਹੋਰ ਮਾਝਾ ਦੋਸਤੋ ਇਹ ਹਾਲਾਂਕਿ ਕੱਚੀ ਹੈ ਹਜੇ ਟਾਈਮ ਕਾਫੀ ਰਹਿੰਦਾ ਹੈ ਫਿਰ ਵੀ ਕੋਸ਼ਿਸ਼ ਕਰਾਂਗੇ ਵੀਡੀਓ ਦੇ ਵਿੱਚ ਇਹਦੇ ਬਾਰੇ ਬੇਸਿਕ ਇਨਫੋਰਮੇਸ਼ਨ ਲੈ ਲਾਂਗੇ ਵੈਸੇ ਇਹ ਜਦੋਂ ਤਿਆਰ ਹੋਊਗੀ ਉਦੋਂ ਇਹਦੀ ਵੀਡੀਓ ਵੀ ਬਣਾਵਾਂਗੇ ਤੇ ਸੇਲ ਵੀ ਉਦੋਂ ਕਰਨੀ ਹੈ ਸੋ ਅੱਜ ਦੋਸਤੋ ਇਹ ਝੋਟੀ ਦੀ ਵੀਡੀਓ ਬਣਾਉਣ ਲੱਗੇ ਆਂ ਝੋਟੀ ਬਹੁਤ ਸੋਹਣੀ ਹੈ ਜਦੋਂ ਤੋਰਾਂਗੇ ਉਦੋਂ ਇਹਦਾ ਤੁਹਾਨੂੰ ਥਣ ਹਵਾਨਾ ਦਿਸ ਜਾਣਾ ਬਾਕੀ ਪੈਠਪੂੜੇ ਦਾ ਅੰਦਾਜ਼ਾ ਤੁਸੀਂ ਵੀਡੀਓ ਚੋਂ ਲਾ ਹੀ ਲੈਣਾ ਦੋਸਤੋ ਬਾਈ ਜੀ ਨਾਲ ਗੱਲਬਾਤ ਕਰਕੇ ਉਹਦੇ ਤੋਂ ਪਹਿਲਾਂ ਬੇਨਤੀ ਹੈ ਜਿਨ੍ਹਾਂ ਨੇ ਇਸ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਦੇ ਨਾਲ ਘੰਟੀ ਦਾ ਬਟਨ ਵੀ ਪ੍ਰੈਸ ਕਰ ਦਿਓ ਜੇ ਤਾਂ ਕਿ ਜਿਹੜੀ ਮੈਂ ਨਵੀਂ ਵੀਡੀਓ ਅਪਲੋਡ ਕਰਾਂ ਉਹਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਜਿਹੜਾ ਤੁਰੰਤ ਪਹੁੰਚ ਸਕੇ ਆਓ ਬਾਈ ਜੀ ਹੋਰ ਨਾਲ ਗੱਲਬਾਤ ਕਰਦੇ ਹਾਂ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਦੱਸੋ ਵੀਰੇ ਆਪਣਾ ਕੀ ਹੈ ਜਖਸੀਰ ਸਿੰਘ ਜਖਸੀਰ ਸਿੰਘ ਪਸ਼ੂ ਬਾਈ ਜੀ ਪੁਰਾਣੇ ਹੀ ਰੱਖਦੇ ਆ ਫਰ ਕਰੇ ਹਾਂ ਪੁਰਾਣੇ ਹੀ ਰੱਖਦੇ ਪਤਾ ਵਰਖੀ ਠੀਕ ਹੈ ਤੇ ਜਿਆਦਾ ਜਿਹੜਾ ਤੁਹਾਡੀ ਜਿਹੜੀ ਬਰੀਡ ਇੱਥੇ ਜਾਂ ਮੱਝਾਂ ਤੁਹਾਡੀਆਂ ਦਿਸਦੀਆਂ ਇਹ ਨੀਲੀ ਰਾਵੀ ਟੱਚ ਚ ਹੈ ਨਾ ਨੀਲੀ ਰਾਵੀ ਮੱਝਾਂ ਹੀ ਰੱਖਦੇ ਰਹੇ ਪਹਿਲਾਂ ਹਾਂਜੀ ਪਹਿਲਾਂ ਉਹੀ ਹੁੰਦੀਆਂ ਸੀ ਠੀਕ ਹੈ ਅੱਛਾ ਜਿਹੜੀ ਇਹ ਝੋਟੀ ਵੇਚਣੀ ਹੈ ਬਾਈ ਇਹ 91 ਸੂਏ ਸੂਣੀ ਇਹ ਪਹਿਲੇ ਸੂਏ ਸੂਣੀ ਹੈ ਜੀ ਕਿੰਨੇ ਦਿਨ ਰਹਿੰਦੇ ਹੈ ਇਹ 7 ਤਰੀਕ ਨੂੰ ਦੰਨ ਪੂਰੀ ਆਈ ਜੀ ਅੱਜ 29 ਤਰੀਕ ਹੈ ਤਾਂ ਮਤਲਬ 7 ਤਰੀਕ ਨੂੰ ਦੰਨ ਪੂਰੇ ਆ ਨੌ 10 ਦਿਨ ਹਜੇ ਰਹਿੰਦੇ ਹਨ ਹਾਂ ਠੀਕ ਹੈ ਤੇ ਇਹਦੀ ਮਾਂ ਥੱਲੇ ਦੁੱਧ ਕਿੰਨਾ gsi ਬਾਈ ਜੀ ਜੀ ਮਾਂ ਥੱਲੇ 14 ਕਿਲੋ ਚੋਇਆ ਜੀ 14 ਕਿਲੋ ਚੋਇਆ ਠੀਕ ਹੈ ਤੇ ਇਹ ਝੋਟੀ ਹੁਣ ਗੱਬਣ ਕਿਹੜੇ ਸਾਨ ਤੋਂ ਹੈ ਇਹ ਬੱਲੂ ਟੂ ਤੋਂ ਹੀ ਹੋਈ ਗਈ ਹੈ ਜੀ ਠੀਕ ਹੈ ਬੱਲੂ ਟੂ ਦਾ ਟੀਕਾ ਲੱਗਾ ਹੋਇਆ ਹਾਂਜੀ ਠੀਕ ਹੈ ਤੇ ਇੱਕ ਇਹ ਦੱਸੋ ਜੀ ਇਹਦੀ ਉਮਰ ਕਿੰਨੀ ਹੈ ਵੀਰੇ ਉਮਰ ਜੀ ਇਹ ਦੋ ਦੰਦ ਹੀ ਹੈ ਜੀ ਹਜੇ ਦੋ ਦੰਦ ਹੈ ਠੀਕ ਹੈ ਤੇ ਇਹਦਾ ਰੇਟ ਕੀ ਕਰਦੇ ਆ ਰੇਟ ਦਾ ਕਰਦੇ ਜੀ 110000 110000 ਰੁਪਏ ਠੀਕ ਹੈ ਰੇਟ ਇਹ ਫਿਕਸ ਤਾਂ ਨਹੀਂ ਇਹਦੇ ਚ ਮੌਕੇ ਦੇ ਕੋਸ ਮਾਨਤਾ ਨਹੀਂ ਹੋਣੀ ਤੇ ਤਾਂ ਤਾਂ ਮਾਣਾ ਉਹ ਮਾਨਤਾ ਨਹੀਂ ਠੀਕ ਹੈ ਦੋਸਤੋ ਝੋਟੀ ਬਾਈ ਦੀ ਬਹੁਤ ਸੋਹਣੀ ਸੰਭੀ ਵੀ ਹੈ ਸਿੰਘ ਮੂੰਹ ਮੱਥਾ ਤੁਸੀਂ ਦੇਖ ਲੈਣਾ ਦੋਸਤੋ ਨੀਲੀ ਰਵੀ ਦੇ ਨਾਲ ਕ੍ਰੋਸ ਚ ਜਿਹੜਾ ਲੱਗਦਾ ਵੀ ਕਿਉਂਕਿ ਆਪਣੇ ਪੰਜਾਬ ਦੇ ਵਿੱਚ ਜਿੰਨੇ ਵੀ ਕੰਪੀਟੀਸ਼ਨ ਹੁੰਦੇ ਆ ਉਹਦੇ ਚ ਵਾਈਟ ਨਿਸ਼ਾਨ ਪ੍ਰੋਪਰ ਮੰਗਦੇ ਆ ਦੋਸਤੋ ਅਜੇ ਤੱਕ ਇਦਾਂ ਦੇ ਕੰਪੀਟੀਸ਼ਨ ਪਾਕਿਸਤਾਨ ਵਾਲੀ ਤਰਜ਼ ਤੇ ਨਹੀਂ ਹੋਣ ਲੱਗੇ ਸੋ ਹਾਂ ਦੋਸਤੋ ਇਹ ਝੋਟੀ ਤੁਹਾਨੂੰ ਤੋੜ ਕੇ ਵੀ ਦਿਖਾਵਾਂਗੇ ਹਵਾਨਾ ਇਹਦਾ ਜਿਹੜਾ ਦੋਸਤੋ ਦੇਖਣ ਵਾਲਾ ਤੁਸੀਂ ਦੇਖ ਸਕਦੇ ਮੱਝਾਂ ਵਾਂਗੂ ਸੂਏ ਵਾਲੀਆਂ ਮੱਝਾਂ ਵਾਂਗੂ ਦੋਸਤੋ ਹਵਾਨਾ ਬਾਕੀ ਜਿਹੜੇ ਦੋ ਬਟਨ ਜਿਹੜੇ ਆਪਾਂ ਆਮ ਵੀਡੀਓ ਦੇ ਵਿੱਚ ਪਹਿਲਾਂ ਵੀ ਗੱਲ ਕਰਨੀ ਸ਼ੁਰੂ ਕੀਤੀ ਸੀਗੀ ਦੋਸਤੋ ਜਿੰਨੇ ਕ ਪਸ਼ੂ ਉਸ ਤਰ੍ਹਾਂ ਦੇ ਦੇਖੇ ਆ ਉਹਨਾਂ ਦਾ ਹਵਾਨਾ ਵੱਡਾ ਹੀ ਰਿਹਾ ਇਹਦੇ ਵੀ ਤੁਸੀਂ ਉਹ ਦੋ ਬਟਨ ਇੱਥੇ ਲੱਗੇ ਦੇਖ ਸਕਦੇ ਆ ਇਹ ਰੱਬ ਜਾਣੇ ਵੀ ਇਹ ਇੰਨਾ ਦਾ ਕੋਈ ਫਰਕ ਪੈਂਦਾ ਤੇ ਜਾਂ ਵੈਸੇ ਪਸ਼ੂ ਜਿਹੜੇ ਚੰਗੇ ਆ ਉਹਨਾਂ ਦੇ ਇਹ ਆਉਂਦੇ ਆ। ਖਵਾਨਾ ਦੋਸਤੋ ਝੋਟੀ ਦਾ ਬਹੁਤ ਚੰਗਾ। ਬਾਕੀ ਖੋਲੋ ਭਈ ਇਹਨੂੰ। ਕੱਦ-ਕਾਠ ਚੰਗਾ ਤਿਆਰ ਕੀਤਾ ਦੋਸਤੋ। ਉੱਚੇ ਲੰਬੇ ਕੱਦ ਦੀ ਹੈ ਬਾਕੀ ਦੂਜੇ ਸੂਏ ਜਦੋਂ ਜਾਊਗੀ ਦੋਸਤੋ ਉਦੋਂ ਇਹ ਝੋਟੀ ਜਿਹੜੀ ਇਹ ਦੂ ਦੁੱਗਣੀ ਹੋ ਜਾਊਗੀ ਕਿਉਂਕਿ ਛੋਟੀ ਉਮਰ ਚ ਸੂ ਰਹੀ ਹੈ। ਤੇ ਪਹਿਲਾਂ ਝੋਟੀਆਂ ਆਮ ਤੌਰ ਤੇ ਦੋਸਤੋ ਥੋੜੀਆਂ ਹੀ ਨਰਮ ਦੇਸਦੀਆਂ ਹੁੰਦੀਆਂ ਦੂਜੇ ਸੂਏ ਉਹ ਵੱਡੀਆਂ ਮੱਝਾਂ ਤਿਆਰ ਹੋ ਜਾਂਦੀਆਂ। ਵੈਸੇ ਹੀ ਪਹਿਲੇ ਸੂਏ ਚ ਵੀ ਤੁਸੀਂ ਇਹਦੇ ਪੁੜਿਆਂ ਦਾ ਅੰਦਾਜ਼ਾ ਲਾ ਲਓ ਉਤੋਂ ਕਿੰਨੀ ਕਿ ਚੜਾਈ ਦੇ ਵਿੱਚ ਹੈ ਹਵਾਨਾ ਦੋਸਤੋ ਤੁਹਾਨੂੰ ਮੈਂ ਨੇੜੇ ਕਰਕੇ ਦਿਖਾ ਹੀ ਦਿੱਤਾ ਸੀਗਾ ਕੋਈ ਕਮੀ ਨਹੀਂ ਹਵਾਨੇ ਦੇ ਵਿੱਚ ਥਣ ਬਹੁਤ ਸੋਹਣਾ ਲੱਗਾ ਬਾਕੀ ਬਿੱਥੀ ਤੇ ਥਣ ਕੱਦ ਕਾਠ ਦੋਸਤੋ ਉਹ ਤੁਸੀਂ ਹਰੇਕ ਪੱਖ ਤੋਂ ਦੇਖ ਰਹੇ ਹੋ ਝੋਟੀ ਲਗਭਗ ਹਰੇਕ ਪੱਖ ਤੋਂ ਹੀ ਦੋਸਤੋ ਬਹੁਤ ਚੰਗੀ ਹੈ ਹਵਾਨਾ ਤੁਸੀਂ ਦੋਸਤੋ ਵੀਡੀਓ ਦੇ ਵਿੱਚੋਂ ਦੇਖ ਰਹੇ ਹੋ ਬਾਕੀ ਪਸੰਦ ਦੋਸਤੋ ਹਰੇਕ ਵੀਰ ਦੀ ਆਪਣੀ ਹੈ ਭਾਈ ਜੀ ਹੋਰਾਂ ਨੇ ਮਿਹਨਤ ਕੀਤੀ ਐ ਇਹਨੂੰ ਇਹ 2 3 ਸਾਲ ਸੰਭਿਆ ਦੋਸਤੋ ਤੇ ਇਹਨਾਂ ਦਾ ਹੱਕ ਆ ਵੀ ਇਹਦਾ ਜਿਹੜੀ ਮਿਹਨਤ ਦਾ ਮੁੱਲ ਮੰਗਨ ਦਾ ਜਿਨੇ ਖਰੀਦਨੀ ਆ ਦੋਸਤੋ ਉਹਦਾ ਹੱਕ ਆ ਵੀ ਆਪਦੇ ਪੈਸੇ ਤੁਸੀਂ ਲਾਉਣੇ ਆ ਚੰਗੀ ਤਰ੍ਹਾਂ ਤਸੱਲੀ ਕਰ ਲੋ ਤਸੱਲੀ ਕਰਕੇ ਪਸੰਦ ਕਰਕੇ ਫੇਰ ਸੌਦਾ ਕਰੋ ਸੋ ਆ ਕੇ ਝੋਟੀ ਨੂੰ ਜ਼ਰੂਰ ਦੇਖੋ ਜਿਹੜੇ ਵੀਰ ਚਕੀਨ ਝੋਟੀ ਰੱਖਣੀ ਚਾਹੁੰਦੇ ਐ ਇਹ ਝੋਟੀ ਦੇ ਵੀ ਬੱਚੇ ਦੋਸਤੋ ਨੀਲੀ ਰਾਵੀ ਚ ਬਹੁਤ ਚੰਗੇ ਆਉਣਗੇ ਕਿਉਂਕਿ ਦਾ ਜਿਹੜਾ ਸਟਰਕਚਰ ਆ ਉਹ ਵੀ ਚੰਗਾ ਬਾਕੀ ਹਾਂ ਤੁਸੀਂ ਇਹਦਾ ਸਿੰਘ ਮੂੰਹ ਮੱਥਾ ਇਹ ਵੀ ਦੇਖ ਸਕਦੇ ਆ ਉਮੀਦ ਆ ਜੇ ਬੱਲੂ 2 ਦਾ ਬੱਚਾ ਇਹ ਨੀਲੀ ਰਾਵਿਚ ਦਿੰਦੀ ਆ ਦੋਸਤੋ ਉਹ ਵੀ ਬਹੁਤ ਸੋਹਣਾ ਬੱਚਾ ਆਊਗਾ ਕਿਉਂਕਿ ਉਹਦੇ ਬੱਚੇ ਵੀ ਚੰਗੇ ਜਿਹੜੇ ਹੈਗੇ ਉਹ ਆਏ ਆ ਹੁਣੇ ਤੱਕ ਇੱਕ ਮੱਝ ਆ ਦੋਸਤੋ ਬਾਈ ਜੀ ਹੋਰਾਂ ਕੋਲ ਇਹ ਕੱਚੀ ਆ ਲਗਭਗ 1 ਮਹੀਨਾ ਹਜੇ ਰਹਿੰਦਾ ਬਾਕੀ ਬਾਈ ਜੀ ਹੋਰਾਂ ਤੋਂ ਪੁੱਛ ਲੈਣੇ ਵਿੱਚ ਨਹੀਂ ਇਹ ਵੀ ਆ ਪਰ ਇਹਦੇ ਬਾਰੇ ਆਪਾਂ ਬੇਸਕ ਇਨਫੋਰਮੇਸ਼ਨ ਲੈ ਲੈਣੇ ਆਂ ਉਹ ਵੈਸੇ ਇਹ ਤਿਆਰ ਜਦੋਂ ਹੋ ਜਾਂਦੀ ਉਹ ਤੋਂ ਬਾਅਦ ਚ ਬਾਈ ਜੀ ਹੋਰੀ ਇਹਦਾ ਰੇਟ ਵਗੈਰਾ ਆਪਾਂ ਨੂੰ ਦੱਸਣਗੇ ਬਈ ਇਹ ਮਾਜਨੇ ਕਿੰਨੇ ਸੂਏ ਸੋਣਾ ਚੌਥੇ ਸੂਏ ਸੋਣਾ ਬਾਈ ਜੀ ਚੌਥੇ ਸੂਏ ਹਾਂਜੀ ਠੀਕ ਐ ਤੇ ਇਹਦਾ ਦੁੱਧ ਦਾ ਕੀਰ ਕੱਢ ਰਿਹਾ ਤੀਜੇ 16 ਰਿਹਾ ਜੀ ਇਹਦਾ 16 ਕਿਲੋ ਹਾਂਜੀ ਤੇ ਇਹ ਆਪਾਂ ਵੇਚਣ ਦਾ ਰਦਾ ਇਹਨੂੰ ਵੀ ਇਹ ਵੇਚਣਾ ਹਾਂ ਜੀ ਟਾਈਮ ਤੇ ਠੀਕ ਐ ਤੇ ਇਹਦੇ ਟੀਕਾ ਕਿਹੜਾ ਭਰਿਆ ਇਹਦੇ ਵੀ ਦੂਜਾ ਭਰਿਆ ਵੀ ਜਿਹੜਾ ਸੋਨਮਾ ਵਸਤੀ ਵਾਲੇ ਕੇ ਸੀਸਾ ਨਾਲੇ ਜੀ ਸੋਨਮਾ ਵਾਲੀ ਵਸਤੀ ਵਾਲਾ ਉਹ ਜਿਹੜਾ ਸਟਾਰ ਹਾਂ ਸਟਾਰ ਜੀ ਸਟਾਰ ਦਾ ਟੀਕਾ ਭਰਿਆ ਹੋਇਆ ਇਹਦੇ ਠੀਕ ਐ ਤੇ ਇਹਦਾ ਕਿੰਨਾ ਚੱਲ ਰਿਹਾ ਦਾ ਸੋਨ ਚ ਇਹਦਾ ਡੇਢ ਮੀਨਾ ਰਹਿੰਦਾ ਜੀ 1.5 ਮਹੀਨਾ ਰਹਿੰਦਾ ਇਹਦਾ ਰੇਟ ਫਿਰ ਹੁਣ ਦੱਸਾਂਗੇ ਜਾਂ 1.5 ਮਹੀਨੇ ਨੂੰ ਉਹਦੇ ਦੱਸਾਂਗੇ 1.5 ਮਹੀਨੇ ਨੂੰ 1.5 ਮਹੀਨੇ ਦਾ ਹਾਂਜੀ ਠੀਕ ਹੈ ਦੋਸਤੋ ਵੈਸੇ ਮਰਜ਼ ਤੁਸੀਂ ਦੇਖ ਲਓ ਬਾਈ ਜੀ ਹਰਾਂ ਕੋਲ ਕਰੇ ਰੱਖੀ ਆ ਸਟਾਰ ਛੋਟਾ ਜਿਹੜਾ ਨੱਥੂ ਵਾਲੇ ਆਇਆ ਹੋਇਆ ਪੀਡੀਐਫ ਤੇ ਬਟਾਲੇ ਤੋਂ ਚੈਂਪੀਅਨ ਬਣਿਆ ਉਹਦੇ ਤੋਂ ਇਹ ਗੱਬਣ ਹਜੇ 1.5 ਮਹੀਨਾ ਬਾਕੀ ਹੈ ਮੇਰੇ ਵੈਸੇ ਦੋਸਤੋ ਤੁਹਾਨੂੰ ਦਿਖਾਤੀ ਐ ਹੁਣ ਜਿਹਦਾ ਰੇਟ ਵਗੈਰਾ ਜਿਹੜਾ ਬਾਈ ਜੀ ਹੋਰੀ ਮੌਕੇ ਤੇ ਜਿਹੜਾ ਉਦੋਂ ਜਦੋਂ ਤਿਆਰ ਹੋ ਜਾਂਦੀ ਉਦੋਂ ਕਰਨਗੇ ਚੰਗੇ ਦੁੱਧ ਦੇ ਰਿਕਾਰਡ ਵਾਲੀ ਐ ਬਾਕੀ ਅੱਜ ਦੋਸਤੋ ਜਿਹੜੀ ਮੇਨ ਇਹ ਛੋਟੀ ਦੀ ਵੀਡੀਓ ਬਣਾਉਣੀ ਸੀ ਛੋਟੀ ਤੁਹਾਨੂੰ ਕਿਵੇਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਬਾਕੀ ਜਿਹੜੇ ਵੀਰ ਦੇ ਪਸੰਦ ਆਉਂਦੀ ਐ ਫੋਨ ਨੰਬਰ ਬਾਈ ਜੀ ਨਾਲ ਦਾ ਸਕਰੀਨ ਤੇ ਲੱਗਾ ਹੋਇਆ ਇਸ ਨੰਬਰ ਉਤੇ ਕਾਲ ਕਰਕੇ ਤੁਸੀਂ ਸੌਦਾ ਕਰ ਸਕਦੇ ਧੰਨਵਾਦ ਦੋਸਤੋ ਵੀਡੀਓ ਦੇਖਣ ਲਈ